ਸਰਬੱਤ ਖਾਸ ਸਭ ਲੋਕ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਥਾਪੇ ਗਏ ਮਤਵਾਦੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਅਜੀਤ ਵੈਬ ਟੀਵੀ ਦੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਨਾਗਰਿਕਤਾ ਸੂਤ ਕਾਨੂੰਨ ਨੂੰ ਬਗੈਰਵਾਜਿਬ ਦੱਸਿਆ ਤੇ ਕਿਹਾ ਕਿ ਬੇਸ਼ੱਕ ਸਿੱਖਾਂ ਨੂੰ ਇਸ ਕਾਨੂੰਨ ਦਾ ਕੋਈ ਫਰਕ ਨਹੀਂ ਪੈਣ ਵਾਲਾ ਪਰੰਤੂ ਸਿੱਖ ਕੌਮ ਸਰਬੱਤ ਦਾ ਭਲਾ ਮੰਗਦੀ ਹੈ ਇਸ ਲਈ ਮੁਸਲਮਾਨਾਂ ਨੂੰ ਵੀ ਇਸ ਕਾਨੂੰਨ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਇਸ ਦੇ ਨਾਲ ਹੀ ਉਹਨਾਂ ਕੈਪਟਨ ਸਰਕਾਰ ਨੂੰ ਬਰਗਾੜੀ ਮੋਰਚੇ ਦੌਰਾਨ ਬੇਅਦਮੀ ਮਾਮਲੇ ਨੂੰ ਲੈ ਕੇ ਕੀਤਾ ਆਪਣਾ ਵਾਅਦਾ ਪੂਰਾ ਕਰਨ ਦੀ ਵੀ ਗੱਲ ਕਹੀ ਸਭ ਤੋਂ ਪਹਿਲਾਂ ਤਾਂ ਜੰਨੇ ਵੀ ਅਜੀਤ ਵੈਬ ਚੈਨਲ ਦੇਖ ਰਹੇ ਆ ਮੈਂ ਸਾਰੀਆਂ ਸੰਗਤਾਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਜਿਹੜਾ ਮੌਜੂਦਾ ਹਾਲਾਤਾਂ ਬਾਬਤ ਤੁਸੀਂ ਸਵਾਲ ਕੀਤਾ ਤੁਸੀਂ ਕਿਸ ਸੰਬੰਧ ਦੇ ਵਿੱਚ ਕਹਿਣਾ ਚਾਹੁੰਦੇ ਹੋ ਕਿਸ ਸੰਬੰਧ ਵਿੱਚ ਪੁੱਛਣਾ ਚਾਹੁੰਦੇ ਹੋ ਕਿਉਂਕਿ ਜਿਹੜੇ ਧਾਰਮਿਕ ਸਮਾਜਿਕ ਰਾਜਨੀਤਿਕ ਕਈ ਤਰ੍ਹਾਂ ਦੇ ਹਾਲਾਤਾਂ ਦੀ ਗੱਲ ਆ ਤੁਸੀਂ ਕਿਸ ਤਰ੍ਹਾਂ ਦੇ ਹਾਲਾਤਾਂ ਦੀ ਗੱਲ ਜਿਹੜੀ ਉਹ ਕਰਨੀ ਚਾਹੁੰਦੇ ਹੋ ਅਸੀਂ ਅੱਜ ਜਿਹੜਾ ਜਿਸ ਤਰ੍ਹਾਂ ਇਹ ਲਾਗਰਿਕਤਾ ਬਿੱਲ ਚੱਲ ਰਿਹਾ ਹੈ ਲਾਗਰਿਕਤਾ ਬਿੱਲ ਦੇ ਉੱਤੇ ਜਦ ਜਿਸ ਤਰ੍ਹਾਂ ਲੋਕ ਲੋਕ ਦੇਸ਼ ਦੇ ਲੋਕ ਗੱਲ ਕਰ ਰਹੇ ਨੇ ਉਹਨਾਂ ਖላት ਵਿੱਚ ਤੁਸੀਂ ਕਿਸ ਕਿਸ ਡਜਰੀਏ ਦਾ ਇਸ ਬਿੱਲ ਨੂੰ ਦੇਖ ਰਹੇ ਦੇਖੋ ਜਿੰਨੇ ਵੀ ਭਾਰਤ ਵਿੱਚ ਵੱਸਦੇ ਆ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਇਆ ਤੇ ਉਹਨਾਂ ਦੇ ਬਜ਼ੁਰਗ ਜਿਨ੍ਹਾਂ ਦੇ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਦੇ ਇੱਥੇ ਵੱਸਦੇ ਜਾਂ ਬਾਅਦ ਵਿੱਚ ਉਹਨਾਂ ਦੀਆਂ ਪੀੜ੍ਹੀਆਂ ਜਿਹੜੀਆਂ ਇੱਥੋਂ ਦੇ ਵਸਿੰਦੇ ਆ ਤੇ ਕੋਈ ਵੀ ਕਾਨੂੰਨ ਜਿਹੜਾ ਬਣਦਾ ਮੈਂ ਸਮਝਦਾ ਕਿ ਇਹ ਜਿਹੜਾ ਕਾਨੂੰਨ ਬਣਿਆ ਇਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਿਹੜੇ ਅਫਗਾਨਿਸਤਾਨ ਪਾਕਿਸਤਾਨ ਜਾਂ ਬੰਗਲਾਦੇਸ਼ ਦੇ ਵਿੱਚ ਘੱਟ ਗਿਣਤੀਆਂ ਦੇ ਲੋਕ ਆ ਉਹਨਾਂ ਨੂੰ ਭਾਰਤ 'ਚ ਨਾਗਰਿਕਤਾ ਦਿੱਤੀ ਜਾਊਗੀ ਤੇ ਜਿਹੜੇ ਭਾਰਤ ਦੇ ਵਿੱਚ ਆ ਹੈਗੇ ਆ ਕਾਗਜ਼ਾਂ ਤੋਂ ਬਿਨਾਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਊ। ਦੇਖੋ ਇਹ ਕਿਦਾਂ ਦਾ ਕਾਨੂੰਨ ਆ ਕਿ ਜਿਹੜੇ ਬਾਹਰ ਬਿਨਾਂ ਕਾਗਜ਼ਾਂ ਤੋਂ ਨੇ ਉਹਨਾਂ ਨੂੰ ਇੱਥੇ ਕਾਗਜ਼ ਦਿੱਤੇ ਜਾਣਗੇ ਤੇ ਜਿਹੜੇ ਦੇਸ਼ ਵਿੱਚ ਬਿਨਾਂ ਕਾਗਜ਼ਾਂ ਤੋਂ ਆ ਕਹਿੰਦੇ ਉਹਨਾਂ ਨੂੰ ਜਿਹੜਾ ਹੈਗਾ ਇੱਥੋਂ ਕੱਢ ਦਿੱਤਾ ਜਾਊਗਾ। ਇਹ ਧੋਗਲੀ ਜੀ ਰਾਜਨੀਤੀ ਲੱਗਦੀ ਹੈ ਉਹਦੇ ਵਿੱਚ ਜਿਹੜੇ ਇੱਥੇ ਵੱਸਦੇ ਤੁਸੀਂ ਉਹਨਾਂ ਨੂੰ ਹੀ ਨਾਗਰਿਕਤਾ ਦੇ ਦਿਓ ਜਿਹੜੇ ਦੇਸ਼ ਵਾਸਤੇ ਜਿਨ੍ਹਾਂ ਨੇ ਕੁਰਬਾਨੀਆਂ ਵੀ ਕੀਤੀਆਂ ਚਾਹੇ ਉਹ ਹਿੰਦੂ ਆ ਸਿੱਖ ਆ ਮੁਸਲਮਾਨ ਐਸਾਈ ਆ ਬੁੱਧੀ ਜੈਨੀ ਪਾਰਸੀ ਕਿਸੇ ਵੀ ਧਰਮ ਕਉ ਫਿਰਕੇ ਨਾਲ ਸੰਬੰਧ ਰੱਖਦੇ ਜਿਹੜੇ ਇੱਥੋਂ ਦੇ ਵਸਿੰਦੇ ਆ ਉਹ ਇੱਥੋਂ ਦੇ ਵਸਿੰਦੇ ਹੀ ਆ ਦੂਸਰੇ ਦੇਸ਼ਾਂ ਦੇ ਲੋਕਾਂ ਨੂੰ ਨਾਗਰਿਕ ਦੇਣੀ ਆ ਜੀ ਸਦਕੇ ਦੋ ਜਿਹੜੇ ਉੱਥੋਂ ਆਉਂਦੇ ਘਟ ਗਿਣਤੀਆਂ ਦੇ ਜਿੱਥੇ ਵੀ ਜ਼ਬਰ ਜ਼ੁਲਮ ਹੁੰਦਾ ਪਰ ਜਿਹੜੇ ਇੱਥੋਂ ਦੇ ਇਹਨਾਂ ਨੂੰ ਬਾਹਰ ਕੱਢ ਕੇ ਉਹਨਾਂ ਨੂੰ ਨਾਗਰਿਕਤਾ ਦੇਣੀ ਮੈਂ ਸਮਝਦਾ ਇਹ ਕਿਸੇ ਤਰ੍ਹਾਂ ਵੀ ਵਾਜਬ ਤੋ ਸਿੱਖਾ ਹੋਰ ਸਿੱਖਾ ਸਿੱਖਾ ਵਾਸਤੇ ਸਗਰਸ਼ ਕਰਦੇ ਆਏ ਉਹ ਸਿੱਖ ਸਿੱਖ ਸਿੱਖਾ ਵਾਸਤੇ ਤੋ ਸਿੱਖਾ ਵਾਸਤੇ ਜਿਹੜਾ ਕਟੂੜਾ ਕਿ ਹੋ ਜਾ ਰਹੇਗਾ ਕੀ ਕਿਹੜਾ ਚਾਹੋਗੇ ਦੇਖੋ ਸਿੱਖਾਂ ਵਾਸਤੇ ਤਾਂ ਉਹਨਾਂ ਨੇ ਕਿਹਾ ਹੀ ਆ ਬਕਾਇਦਾ ਹੁਣ ਕਿ ਜਿਹੜੇ ਵੀ ਸਿੱਖ ਉਹਨਾਂ ਦੇਸ਼ਾਂ ਦੇ ਵਿੱਚ ਉਹਨਾਂ ਨੂੰ ਅਸੀਂ ਇੱਥੇ ਨਾਗਰਿਕਤਾ ਦਾਂਗੇ ਜਿਹੜੇ ਲੰਬੇ ਸਮੇਂ ਤੋਂ ਇੱਥੇ ਆਏ ਵੀ ਹੋਏ ਆ ਉਧਰੋਂ ਉਹਨਾਂ ਨੂੰ ਨਾਗਰਿਕਤਾ ਦੇਾਂਗੇ ਸਿੱਖਾਂ ਵਾਸਤੇ ਤਾਂ ਕੋਈ ਮਾੜਾ ਨਹੀਂ ਪਰ ਅਸੀਂ ਜਿਹੜੇ ਸਾਡੇ ਗੈਰ ਸਿੱਖ ਵੀ ਆ ਭਰਾ ਜਿਹੜੇ ਆ ਕਿਉਂਕਿ ਸਿੱਖ ਸਰਬੱਤ ਦੇ ਭਲੇ ਦੀ ਗੱਲ ਕਰਦਾ ਕੱਲੀ ਆਪਣੀ ਕੌਮ ਦੀ ਗੱਲ ਨਹੀਂ ਆਪਣੇ ਧਰਮ ਦੀ ਗੱਲ ਨਹੀਂ ਸਿੱਖ ਸਰਬੱਤ ਦੇ ਭਲੇ ਦੀ ਗੱਲ ਕਰਦਾ ਸਾਡੇ ਜਿੰਨੇ ਦੂਜੇ ਆ ਚਾਹ ਹਿੰਦੂ ਸਿੱਖ ਮੁਸਲਮਾਨ ਸਾਈ ਬੋਧੀ ਪਾਰਸੀ ਜੈਨੀ ਜਿੰਨੇ ਅਸੀਂ ਸਾਰਿਆਂ ਲਈ ਗੱਲ ਕਰਦੇ ਹਾਂ ਸੋ ਇਹ ਜਿਹੜਾ ਕਾਨੂੰਨ ਇਹਨੂੰ ਇਸ ਦੇ ਵਿੱਚ ਜਿਹੜਾ ਮੁਸਲਮਾਨਾਂ ਨੂੰ ਬਾਹਰ ਰੱਖਿਆ ਗਿਆ ਮੈਂ ਸਮਝਦਾ ਕਿ ਉਹਨਾਂ ਨੂੰ ਵੀ ਇਸ ਕਾਨੂੰਨ ਦੇ ਵਿੱਚ ਜਿਹੜਾ ਰੱਖਿਆ ਜਾਣਾ ਚਾਹੀਦਾ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੈਦਵੀ ਅਸਵੱਦੀ ਤੁਸੀਂ ਪਰ ਗਾੜੀ ਵੇਖੇ ਪੋਰਚਾ ਬਹੁਤ ਵੱਡਾ ਲਾਇਆ ਸੀਗਾ ਉਹ ਅੱਜ ਜਿਹੜਾ ਕਿਹੜਾ ਹਾਲਾਤਾਂ ਵਿੱਚ ਖੜਾ ਹੈ ਤੇ ਕੀ ਉਹਦੇ ਵਿੱਚ ਪ੍ਰਾਪਤੀਆ ਹੋਈ ਹੈ ਦੇਖੋ ਬਰਗਾੜੀ ਵਿਦਰਦੀ ਕਾਂਡ ਜਿਹੜਾ ਬਹੁਤ ਜ਼ਿਆਦਾ ਦੁਖਦਾਈ ਸੀਗਾ ਜੇ ਇਨਸਾਫ ਮੰਗਿਆ ਤੇ ਸਮੇਂ ਦੀ ਬਾਦਲ ਸਰਕਾਰ ਨੇ ਗੋਲੀਆਂ ਮਾਰ ਕੇ ਸਿੰਘ ਸ਼ਹੀਦ ਕਰ ਦਿੱਤੇ ਜ਼ਖਮੀ ਕਰ ਦਿੱਤੇ ਜੇਲਾਂ ਚ ਡੱਕ ਦਿੱਤੇ ਤਾਂ ਜਦੋਂ ਸਰਕਾਰ ਬਦਲੀ ਲੋਕਾਂ ਨੇ ਉਹਨਾਂ ਨੂੰ ਹਾਸ਼ੀਏ ਤੇ ਲੈ ਗਏ 14-15 ਸੀਟਾਂ ਤੇ ਸਿਮਟ ਗਏ ਜਿਹੜੇ ਸਰਕਾਰ ਚ ਸੀ ਉਹ ਵਿਰੋਧੀ ਧਿਰ ਚ ਬਣਾ ਸਕੇ ਤਾਂ ਕੈਪਟਨ ਮਰਿੰਦਰ ਸਿੰਘ ਤੇ ਲੋਕਾਂ ਨੇ ਭਰੋਸਾ ਕੀਤਾ ਸਰਕਾਰ ਲਿਆਂਦੀ ਸੀਗੀ ਮੋਰਚਾ ਲੱਗਣ ਨਾਲ ਬਹੁਤ ਕੁਝ ਪ੍ਰਾਪਤੀਆਂ ਹੋਈਆਂ ਪਰ ਜੋ ਵਾਅਦਾ ਕੈਪਟਨ ਮਨਿੰਦਰ ਸਿੰਘ ਸਰਕਾਰ ਨੇ 9 ਦਸੰਬਰ ਨੂੰ ਕੀਤਾ ਸੀ 2018 ਦੇ ਵਿੱਚ ਬਰਗਾੜੀ ਪਹੁੰਚ ਕੇ ਉਹਨਾਂ ਦੇ ਦੋ ਕੈਬਨਟ ਮੰਤਰੀ ਸੀ ਐਮਐਲਏ ਸੀਗੇ ਪਰ ਉਹਦੇ ਤੇ ਖਰਾ ਨਹੀਂ ਉੱतरी ਉਹ ਜਿਹੜੀਆਂ ਅਧੂਰੀਆਂ ਗੱਲਾਂ ਨੇ ਜੋ ਉਹਨਾਂ ਨੇ ਕਹੀਆਂ ਸੀ ਉਹ ਸਾਰੀਆਂ ਇਹ ਵਿਚਾਲੇ ਖੜੀਆਂ ਨੇ ਇਸ ਕਰਕੇ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਨੂੰ ਚਾਹੀਦਾ ਕਿ ਉਹ ਜਿਹੜੇ ਵਿਅਦਬੀ ਦੇ ਮੁੱਖ ਦੋਸ਼ੀ ਆ ਚਾਹੇ ਉਹ ਕਿੱਡੇ ਉੱਚ ਪੁਲਿਸ ਅਫਸਰ ਆ ਤੇ ਚਾਹੇ ਉਹ ਕਿੱਡੇ ਵੀ ਰਾਜਨੀਤਿਕ ਲੋਕ